सत बज गए ते असी हुण चाह पीण लगे आ। उठे तां असी पहलां दे आ, उठदा असी किन्ने बजे उठी सी अब्बा? तू तां पहलां उठी सी। मैं तां 4:30 बजे उठी। 4:30 मैं उठी आ पौणे 6, पर असी उठ के पहलां पीता कोकोनट मिल्क। उस तो घंटा बाद असी, हुण तां 1.5 घंटा हो गया मेरा ख्याल है, 1.5 घंटा हो गया। 1.5 घंटे बाद असी बनाई चाह। हुण मैं आपदी चाह पी ली है ते बीबी हजे ठंडी करके पीऊ। टाइसन दा आपां गेड़ा कढ़ाता इक वारी तां आ हुण आ फिरदा टाइसन। टाइसन बाहर खेड़ ते रात भी बारिश हो ही गई है, काफी पानी बाहर खड़ा सीगा। नमक कौन है? नमक कौन है? अंदर है नमक की धोने पैर धोने उधर उधर ऊपर मुंह सर ओ सी नमक लैन गए हजे बहुत गंदा होना। बहुत 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 वादू है। थक गया, एक मिनट नेड़े ना जान दियो, पीछे करो टाइसन नू। कुछ नहीं कहना, कुछ नहीं कहना तेरा, कोई पता नहीं दे देने कर देगा। टाइम नहीं, होल्ड गुड, कुछ नहीं होने देने, कुछ कहना बस। और नेड़े कर दो। नहीं मम्मा ओदा ध्यान नहीं इहदे वल। ए, कोई ध्यान नहीं है इधर। ओ खड़ा देख रहा बच्चे जा रहे ने, वो गड्डी च बैठते होने ने, बस ये उन्होंने देख देख ही खुश हो जाता। एदा ही जी लगे रहा बेचारे का। बारिश दे विच फिरदा खुश होए बंदा। टाइसन आ जाओ रे, आजो 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 अंदर। देखो जी बदल किन्ने होए पए ने, काला बदल होया पिया। ये बारिश है ना ये जड़ी ये खराब कर रही है। हुण बेचारे जट्टां दीआं फसलां इन्नी मेहनत कीती होई वेस्ट जा रही है, ते हुण जरूरत नहीं हैगी इन्नी बारिश दी, पर की कीता जा सकदा, किहड़ा बस है अपने। ते मैनूं लगदा ये बारिश है जड़ी ये सारे पंजाब च, देखो किन्ना पानी खड़ा है सारे पंजाब च ही है, ये पानी पानी होया पै शहर च। ते सानूं भी बस एमरजेंसी आना पै गया बारिश दे विच, नहीं तो घर बैठे आना सी असीं भी। हुण ते लगातार बारिश हो जा रही है, सवेरे 4 बजे तो मेरा ख्याल शुरू हुई है, ते उदों दी लगातार चली जा रही है। थोड़ा बहुता कितने 10 मिनट रुकी होनी है। एक बारी ना बादशाह अकबर सी जिहड़ा, जिवें ओह जंगलां दे विच घुम्मदे होए जिवें राजे जांदे हुंदे सी शिकार वगैरह खेडण चले जांदे सी, ओह भी चलिया गया। देखो बारिश का किन्ना ज्यादा पानी है, बहुत ज्यादा
ਮੈਂ ਇਹਦੇ ਨਾਲ ਹੀ ਰਿਲੇਟ ਕਰਕੇ ਤੁਹਾਨੂੰ ਇੱਕ ਸਟੋਰੀ ਸੁਣਾ ਰਹੀ ਸੀਗੀ ਹੋਮ ਸਕਰੀਨ ਤੇ ਓਕੇ ਜੋ ਮੈਂ ਨਾ ਤੁਹਾਨੂੰ ਇਹਦੇ ਨਾਲ ਰਿਲੇਟ ਕਰਕੇ ਬਾਦਸ਼ਾਹ ਅਕਬਰ ਦੀ ਕਹਾਣੀ ਸੁਣਾ ਰਹੀ ਸੀਗੀ ਇੱਥੇ ਟੋਆ ਵੀ ਨਹੀਂ ਪਤਾ ਆਪਾਂ ਨੂੰ ਪਤਾ ਹੀ ਨਹੀਂ ਹੈ ਟੋਆ ਸਹੀ ਗੱਲ ਆ ਅਕਬਰ ਨੂੰ ਇੱਥੇ ਨਾ ਖੁੱਪ ਜਾ ਆਪਣ ਜੇ ਕਹਾਣੀ ਆਪਣੀ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਤੇ ਕਿਤੋਂ ਵੀ ਪਾਣੀ ਨਹੀਂ ਦੇਖੋ ਕਿੰਨਾ ਜ਼ਿਆਦਾ ਪਾਣੀ ਹੈ ਇੱਥੇ ਤਾਂ ਬਹੁਤ ਜ਼ਿਆਦਾ ਪਾਣੀ ਹੈ ਉਹਨਾਂ ਨੂੰ ਨਹੀਂ ਸੀ ਪਾਣੀ ਮਿਲ ਰਿਹਾ ਪਰ ਤੇ ਬਾਦਸ਼ਾਹ ਅਕਬਰ ਨੂੰ ਨਾ ਉਹ ਆਦੇਸ਼ ਧਿਆਨ ਵਿੱਚ ਲਈ ਪਾਣੀ ਨਹੀਂ ਮਿਲ ਰਿਹਾ ਸੀਗਾ ਕਿਤੋਂ ਪੀਣ ਲਈ ਤੇ ਬਹੁਤ ਜ਼ਿਆਦਾ ਉਹ ਤੜਫ ਰਹੇ ਸੀਗੇ ਪਾਣੀ ਪੀਣਾ ਇੰਨੀ ਜ਼ਿਆਦਾ ਪਿਆਸ ਲੱਗੀ ਸੀਗੀ ਤੇ ਮਤਲਬ ਕਿ ਉਹਨਾਂ ਨੇ ਆਪਣੇ ਵਜ਼ੀਰ ਜਿਹੜਾ ਸੀਗਾ ਬੀਰਬਲ ਕਹਿੰਦੇ ਬਹੁਤ ਜ਼ਿਆਦਾ ਸਿਆਣਾ ਸੀਗਾ ਆਹ ਦੇਖੋ ਪਾਣੀ ਕਿੰਨਾ ਜ਼ਿਆਦਾ ਬਹੁਤ ਜ਼ਿਆਦਾ ਓਕੇ ਵੈਸੇ ਬਹੁਤ ਮਾੜੀ ਗੱਲ ਹੈ ਇਹ ਵਾਹਿਗੁਰੂ ਹੁਣ ਬਾਰਿਸ਼ ਹੈ ਜਿਹੜੀ ਉਹ ਰੋਕ ਲਈ ਪਲੀਜ਼ ਤੇ ਬਾਦਸ਼ਾਹ ਅਕਬਰ ਨੇ ਉਹਨਾਂ ਨੇ ਕਿਹਾ ਕਿ ਮਤਲਬ ਕਿ ਮੈਨੂੰ ਬਹੁਤ ਪਿਆਸ ਲੱਗੀ ਹੈ ਮੈਨੂੰ ਪਾਣੀ ਚਾਹੀਦਾ ਉਹ ਕਹਿੰਦੇ ਵੀ ਤੁਹਾਨੂੰ ਕਿੰਨੀ ਕੁ ਪਿਆਸ ਲੱਗੀ ਹੈ ਤੁਸੀਂ ਇਹਦੀ ਕੀ ਕੀਮਤ ਦੇ ਦੋਗੇ ਜੇ ਤੁਹਾਨੂੰ ਪਾਣੀ ਮਿਲ ਜੇ ਕਹਿੰਦੇ ਮੈਂ ਮਤਲਬ ਕਿ ਅੱਧਾ ਰਾਜ ਹੈ ਆਪਣਾ ਅੱਧਾ ਰਾਜ ਭਾਗ ਦੇ ਦੂੰਗਾ ਜੇ ਮੈਨੂੰ ਪਾਣੀ ਮਿਲ ਜੇ ਕਿਤੋਂ ਤੇ ਚਲੋ ਇੱਕ ਵਾਰ ਉਹ ਉਦਾਂ ਹੋ ਗਈ ਮਤਲਬ ਕਿ ਉਹ ਕਹਿੰਦੇ ਵੀ ਮੈਂ ਅੱਧਾ ਰਾਜ ਭਾਗ ਦੇ ਗਿਆ ਦੇਖੋ ਤੁਸੀਂ ਇੱਕ ਕੱਪ ਜਾਂ ਇੱਕ ਗਲਾਸ ਪਾਣੀ ਲਈ ਉਹ ਆਪਣਾ ਅੱਧਾ ਰਾਜ ਭਾਗ ਦੇਣ ਨੂੰ ਤਿਆਰ ਸੀ ਉਸ ਤੋਂ ਬਾਅਦ ਇੱਕ ਵਾਰ ਕੀ ਹੋਇਆ ਕਿ ਬਹੁਤ ਜ਼ਿਆਦਾ ਮਤਲਬ ਕਿ ਉਹਨਾਂ ਨੂੰ ਯੂਰਿਨ ਦਾ ਪ੍ਰੈਸ਼ਰ ਪਿਆ ਪਾਣੀ ਪੀਤਾ ਹਨਾ ਉਸ ਤੋਂ ਬਾਅਦ ਬਹੁਤ ਜ਼ਿਆਦਾ ਯੂਰਿਨ ਦਾ ਪ੍ਰੈਸ਼ਰ ਪਿਆ ਤੇ ਉਹਨਾਂ ਨੂੰ ਮਤਲਬ ਯੂਰਿਨ ਆ ਨਹੀਂ ਰਿਹਾ ਸੀਗਾ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਸੀਗੀ ਤੇ ਉਹਨਾਂ ਨੇ ਫਿਰ ਬੀਰਬਲ ਨੂੰ ਪੁੱਛਿਆ ਕਿ ਬੀਰਬਲ ਮੈਨੂੰ ਯੂਰਿਨ ਨਹੀਂ ਆ ਰਿਹਾ ਤੇ ਮੈਂ ਹੁਣ ਕੀ ਕਰਾਂ ਉਹ ਕਹਿੰਦੇ ਵੀ ਮੈਂ ਬਹੁਤ ਪਰੇਸ਼ਾਨ ਹਾਂ ਮੈਂ ਬਹੁਤ ਔਖਾ ਹੋ ਰਿਹਾ ਉਹ ਕਹਿੰਦੇ ਵੀ ਬਾਦਸ਼ਾਹ ਵੀ ਜੇ ਤੁਹਾਨੂੰ ਮਤਲਬ ਕਿ ਕੋਈ ਮੈਂ ਇੱਦਾਂ ਦੀ ਕੋਈ ਦਵਾਈ ਬੂਟੀ ਕਰਾਂ ਕਿ ਤੁਹਾਨੂੰ ਮਤਲਬ ਬਾਥਰੂਮ ਆ ਜਾਵੇ ਹਨਾ ਤਾਂ ਫਿਰ ਤੁਸੀਂ ਇਹਦੇ ਬਦਲੇ ਕੀ ਦਿਓਗੇ ਇਨਾਮ ਕੀ ਦਿਓਗੇ ਉਹ ਕਹਿੰਦੇ ਮੈਂ ਨਾ ਆਪਦਾ ਪੂਰਾ ਰਾਜ ਭਾਗ ਹੈ ਜਿਹੜਾ ਉਹ ਦੇ ਦੂੰਗਾ ਤਾਂ ਫਿਰ ਇਹ ਤਾਂ ਬੀਰਬਲ ਕਹਿੰਦਾ ਬਾਦਸ਼ਾਹ ਕਹਿੰਦੇ ਪਾਣੀ ਦਾ ਇੰਨਾ ਜ਼ਿਆਦਾ ਮੁੱਲ ਜੇ ਉਸ ਤੋਂ ਬਾਅਦ ਕਹਿੰਦੇ ਜੇ ਉਹੀ ਪਾਣੀ ਜਿਹੜਾ ਤੁਸੀਂ ਪੀਤਾ ਉਹ ਤੁਹਾਡੇ ਅੰਦਰ ਹੀ ਅਟਕ ਗਿਆ ਤੁਹਾਡੀ ਦੇਹ ਦੇ ਅੰਦਰ ਸਰੀਰ ਦੇ ਅੰਦਰ ਅਟਕ ਗਿਆ ਤਾਂ ਉਹਦਾ ਜਿਹੜਾ ਮੁੱਲ ਹੈ ਤੁਸੀਂ ਅੱਧਾ ਰਾਜ ਭਾਗ ਉਹਦਾ ਦੇ ਰਹੇ ਹੋ ਇਹਦਾ ਮਤਲਬ ਕਹਿੰਦੇ ਇੱਕ ਪਿਆਲੇ ਪਾਣੀ ਦਾ ਮੁੱਲ ਹੈ ਜਿਹੜਾ ਉਹ ਤੁਹਾਡਾ ਪੂਰਾ ਰਾਜ ਭਾਗ ਹੋ ਗਿਆ ਤੇ ਆਪਾਂ ਉਹੀ ਪਾਣੀ ਜਿਹਦਾ ਮਤਲਬ ਰਾਜੇ ਲਈ ਉਹ ਇੰਨਾ ਕੀਮਤੀ ਹੋ ਗਿਆ ਸੀ ਜਦੋਂ ਸਾਡੀ ਜਾਨ ਤੇ ਬਣਦੀ ਹੈ ਨਾ ਪਿਆਸ ਲੱਗਦੀ ਹੈ ਉਦੋਂ ਵੀ ਸਾਡੀ ਜਾਨ ਨਿਕਲਦੀ ਹੈ ਜਦੋਂ ਸਾਨੂੰ ਇੱਦਾਂ ਦੀ ਕੋਈ ਯੂਰਿਨ ਪਾਸ ਨਾ ਹੋਣ ਦੀ ਪ੍ਰੋਬਲਮ ਆਉਂਦੀ ਹੈ ਉਦੋਂ ਵੀ ਸਾਡੀ ਜਾਨ ਤੇ ਬਣ ਜਾਂਦੀ ਹੈ ਉਹੀ ਇੱਕ ਛੋਟਾ ਜਿਹਾ ਗਲਾਸ ਪਾਣੀ ਦਾ ਸਾਨੂੰ ਮਤਲਬ ਮਰਨ ਵਰਗੇ ਕਰ ਦਿੰਦਾ ਤਾਂ ਆਪਾਂ ਜਿਹੜਾ ਪਾਣੀ ਵੇਸਟ ਕਰੀ ਜਾ ਰਹੇ ਹਾਂ ਉਸ ਟਾਈਮ ਬੀਰਬਲ ਨੇ ਕਿਹਾ ਕਿ ਬਾਦਸ਼ਾਹ ਜਿਹੜਾ ਪਾਣੀ ਕਹਿੰਦੇ ਆਪਾਂ ਵੈਸੇ ਵੇਸਟ ਕਰ ਦਿੰਦੇ ਹਾਂ ਕੋਈ ਪਰਵਾਹ ਹੀ ਨਹੀਂ ਕਰਦੇ ਤੇ ਜਦੋਂ ਲੋੜ ਪੈਂਦੀ ਹੈ ਸਾਨੂੰ ਪੀਣ ਦੀ ਲੋੜ ਪੈਂਦੀ ਹੈ ਜਾਂ ਸਾਡੇ ਅੰਦਰ ਰਟਕ ਜਾਂਦਾ ਉਦੋਂ ਸਾਨੂੰ ਉਹ ਪਾਣੀ ਦੀ ਕੀਮਤ ਪਤਾ ਲੱਗਦੀ ਹੈ ਕਹਿੰਦੇ ਇੱਕ ਪਿਆਲੇ ਪਾਣੀ ਦੀ ਕੀਮਤ ਹੈ ਜਿਹੜੀ ਉਹ ਤੁਹਾਡਾ ਪੂਰਾ ਰਾਜ ਭਾਗ ਹੋ ਗਿਆ ਸੋ ਆਪਾਂ ਨੂੰ ਪਾਣੀ ਹੈ ਜਿਹੜਾ ਉਹ ਬਿਲਕੁਲ ਵੇਸਟ ਨਹੀਂ ਕਰਨਾ ਚਾਹੀਦਾ ਧਿਆਨ ਰੱਖਣਾ ਚਾਹੀਦਾ ਪੂਰਾ ਜਦੋਂ ਲੋੜ ਪੈਂਦੀ ਹੈ ਪਾਣੀ ਨਾ ਆਵੇ ਇੱਕ ਦਿਨ ਲਈ ਪਾਣੀ ਨਾ ਆਵੇ ਸਾਡਾ ਸਾਰਾ ਕੰਮ ਆ ਜਿਹੜਾ ਉਹ ਰੁਕ ਜਾਂਦਾ ਹੈ ਤੇ ਅੱਜ ਮੈਨੂੰ ਆ ਬਾਰਿਸ਼ ਦਾ ਜਿਹੜਾ ਪਾਣੀ ਦੇਖ ਕੇ ਉਹ ਸਟੋਰੀ ਹੈ ਜਿਹੜੀ ਉਹ ਯਾਦ ਆ ਗਈ ਜਿਹੜੀ ਮੈਂ ਤੁਹਾਨੂੰ ਸੁਣਾ ਰਹੀ ਹਾਂ ਸੋ ਸਾਰੇ ਧਿਆਨ ਰੱਖੋ ਪਾਣੀ ਦਾ ਜਿਹੜਾ ਆਪਣਾ ਲੈਵਲ ਆ ਉਹ ਦਿਨੋ ਦਿਨ ਨੀਚੇ ਹੁੰਦਾ ਜਾ ਰਿਹਾ ਤਾਂ ਆਪਾਂ ਨੂੰ ਇਸ ਗੱਲ ਦਾ ਸਾਰਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਨੂੰ ਸਾਰਿਆਂ ਨੂੰ ਇਸ ਵਿਸ਼ੇ ਤੇ ਧਿਆਨ ਦੇਣ ਦੀ ਲੋੜ ਹੈ ਕੱਲ ਮੈਂ ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਐਮਰਜੈਂਸੀ 'ਚ ਕੱਲ੍ਹ ਸਾਨੂੰ ਜਾਣਾ ਪੈ ਗਿਆ ਸੀਗਾ ਬਾਰਿਸ਼ ਵੀ ਬਹੁਤ ਹੋ ਰਹੀ ਸੀ ਫਿਰ ਵੀ ਸਾਨੂੰ ਜਾਣਾ ਪਿਆ ਅਤੇ ਬੱਦਲ ਦੇਖੋ ਅੱਜ ਵੀ ਬਹੁਤ ਹੋਏ ਪਏ ਨੇ ਬੱਦਲ ਹੈਗੇ ਨੇ ਹਜੇ ਵੀ ਦਿਖ ਰਹੇ ਨੇ ਨਾ ਅਸਮਾਨ 'ਚ ਬੱਦਲ ਬਹੁਤ ਅਤੇ ਬਾਰਿਸ਼ ਤਾਂ ਹਜੇ ਕੱਲ੍ਹ ਵਾਲੀ ਦਾ ਹੀ ਜਿਹੜਾ ਇੰਨਾ ਪਾਣੀ ਸੀਗਾ ਸਾਰਾ ਗਿੱਲਾ ਗਿੱਲਾ ਹੀ ਪਿਆ ਲਾਉਣ ਵਗੈਰਾ ਵੀ ਗਿੱਲਾ ਪਿਆ ਹਜੇ ਅਤੇ ਹੁਣ ਤਾਂ ਪਰਮਾਤਮਾ ਮਿਹਰ ਰੱਖੇ ਬਸ ਕਿਉਂਕਿ ਲੋਕਾਂ ਦੀਆਂ ਫਸਲਾਂ ਪੱਕਣ 'ਤੇ ਆਈਆਂ ਹੋਈਆਂ ਨੇ ਅਤੇ ਖਰਾਬ ਹੋ ਜਾਣਗੀਆਂ ਅਤੇ ਸੋ ਵਾਹਿਗੁਰੂ ਮਿਹਰ ਕਰੇ ਅਤੇ ਜੇ ਤੁਹਾਨੂੰ ਮੇਰੀ ਵੀਡੀਓ ਹੈ ਜਿਹੜੀ ਉਹ ਪਸੰਦ ਆਈ ਤਾਂ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਅਤੇ ਜਿਹੜੇ ਵਿਊਅਰਸ ਨਵੇਂ ਨੇ ਉਹ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਸੋ ਮੱਚ ਜੀ